प्रेयर च साडी प्रेयर है क्वेश्चनिंग ऑफ एफ आई आर एज वेल एज द चलान दे हैव सबमिटेड। साडी ये प्रेयर है कोर्ट ने नोटिस इशू करके 25/11 डेट पा के ता सरकार को जवाब तलब किया। किस किस पार्टी कौन कौन सी किनो नोटिस हो? गवर्नमेंट ऑफ पंजाब सी, SSP ਸੀਗੇ ਉਹਦੇ, ਇਵਨ ਜਿਹੜੇ ਕੰਪਲੇਨੈਂਟ ਨੇ ਹੁਣ ਨੰਬਰ FIR ਨੰਬਰ 77 ਚ ਉਹ ਸੀਗੇ ਜੀ, ਮੁਲਤਾਨੀ ਦੇ ਬ੍ਰਦਰ। ਕਿਉਂਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਬੜਾ ਹਾਈ ਪ੍ਰੋਫਾਈਲ ਹੈ, ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਅਤੇ ਮਟੌਰ ਥਾਣੇ ਵੀ ਜਿਹੜੀ FIR ਹੋਈ ਹੈ ਉਹਦੇ ਵਿੱਚ ਸਾਬਕਾ DGP ਸੁਮੇਸ਼ ਸਿੰਘ ਸੈਣੀ ਨੇ FIR ਕੁਐਸ਼ ਦੀ ਪਟੀਸ਼ਨ ਪਾਈ ਹੈ ਬਲਵੰਤ ਮੁਲਤਾਨੀ ਮਾਮਲੇ 'ਚ। ਕੋਰਟ 'ਚ ਐਗਜ਼ੈਕਟਿਵ ਪ੍ਰੇਅਰ ਕੀ ਹੈ ਪਟੀਸ਼ਨ 'ਚ? ਪ੍ਰੇਅਰ 'ਚ ਸਾਡੀ ਪ੍ਰੇਅਰ ਹੈ ਕੁਐਸ਼ਨਿੰਗ ਆਫ FIR ਐਜ਼ ਵੈਲ ਐਜ਼ ਦਾ ਚਲਾਨ ਦੇ ਹੈਵ ਸਬਮਿਟਡ। ਸਾਡੀ ਇਹ ਪ੍ਰੇਅਰ ਹੈ ਕੋਰਟ ਨੇ ਨੋਟਿਸ ਇਸ਼ੂ ਕਰਕੇ 25/11 ਡੇਟ ਪਾ ਕੇ ਤਾਂ ਸਰਕਾਰ ਕੋ ਜਵਾਬ ਤਲਬ ਕੀਤਾ। ਕਿਸ ਕਿਸ ਪਾਰਟੀ ਕੌਣ ਕੌਣ ਸੀ ਕਿਹਨੂੰ ਨੋਟਿਸ ਹੋਇਆ? ਗਵਰਨਮੈਂਟ ਆਫ ਪੰਜਾਬ ਸੀ, SSP ਸੀਗੇ ਉਹਦੇ, ਇਵਨ ਜਿਹੜੇ ਕੰਪਲੇਨੈਂਟ ਨੇ ਹੁਣ ਨੰਬਰ FIR ਨੰਬਰ 77 ਚ ਉਹ ਸੀਗੇ ਜੀ, ਮੁਲਤਾਨੀ ਦੇ ਬ੍ਰਦਰ। ਕਿਉਂਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਬੜਾ ਹਾਈ ਪ੍ਰੋਫਾਈਲ ਹੈ, ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਅਤੇ ਮਟੌਰ ਥਾਣੇ ਵੀ ਜਿਹੜੀ FIR ਹੋਈ ਹੈ ਉਹਦੇ ਵਿੱਚ ਇਹਨਾਂ ਦਾ ਨਾਂ ਕਦੋਂ ਆਇਆ? ਇਹਨਾਂ ਦਾ ਮਟੌਰ ਥਾਣੇ ਵਾਲੀ FIR 'ਚ 2020 'ਚ ਆਇਆ ਜੀ, ਜਦੋਂ ਇਹ ਸੁਪਰੀਮ ਕੋਰਟ 'ਚ ਜਦੋਂ ਡਿਫਰੈਂਟ ਕੇਸਿਸ 'ਚ ਵਾਰ ਵਾਰ ਇੰਪਲੀਕੇਟ ਕਰੀ ਜਾ ਰਹੇ ਸੀ, ਫਿਰ ਉਹਨਾਂ ਨੇ ਹਾਈਕੋਰਟ ਪਟੀਸ਼ਨ ਪਾਈ, ਹਾਈਕੋਰਟ ਨੇ ਕਿਹਾ ਕਿ 7 ਦਿਨ ਦਾ ਨੋਟਿਸ ਦਿਓ, ਉਹ 'ਚ SSP ਪਾਰਟ ਨਹੀਂ ਸੀ ਕਵਰ। ਤਾਂ ਡਿਊਰਿੰਗ SSP ਵੈਨ ਹੀ ਵਾਸ ਪੋਸਟਿਡ SSP 1991 ਇਨ ਚੰਡੀਗੜ੍ਹ, ਇਹਨਾਂ ਨੇ ਫਿਰ ਉਹਦਾ ਇੱਕ ਇੰਸੀਡੈਂਟ ਬਣਾ ਕੇ ਤਾਂ ਉਹ ਮਟੌਰ ਥਾਣੇ 'ਚ FIR ਦਿੱਤੀ। ਈਵਨ ਦੋ ਕਿ ਇੰਸੀਡੈਂਟ ਪ੍ਰਟੇਨ ਕਰਦਾ ਚੰਡੀਗੜ੍ਹ ਦਾ, ਸਾਰਾ ਕੁਝ ਕੌਜ਼ ਆਫ ਐਕਸ਼ਨ ਜੇ ਆਪਾਂ ਦੇਖੀਏ ਤਾਂ ਚੰਡੀਗੜ੍ਹ, ਬਟ FIR ਪੰਜਾਬ ਸਰਕਾਰ ਨੇ ਮੋਹਾਲੀ 'ਚ ਦੇ ਦਿੱਤੇ। ਪ੍ਰੇਅਰ 'ਚ ਤੁਸੀਂ ਹੋਰ ਕਿਹੜੇ ਪੁਆਇੰਟ ਐਡ ਕੀਤੇ? ਸਾਡੇ ਮੇਨ ਪੁਆਇੰਟ ਇਹੀ ਕਿ ਇਹਨੂੰ ਕੁਐਸ਼ ਕੀਤਾ ਜਾਏ ਅਤੇ ਇਹਦਾ ਮੀਨ ਵੈਲ ਜਦ ਤੱਕ ਮੈਟਰ ਪੈਂਡਿੰਗ ਹੈ ਫਰਦਰ ਪ੍ਰੋਸੀਡਿੰਗ ਸਟੇਅ ਕੀਤੀਆਂ ਜਾਣ। ਕੋਰਟ ਨੇ ਨੋਟਿਸ ਕੀਤਾ? ਕੋਰਟ ਨੇ ਨੋਟਿਸ ਕਰਕੇ ਅਤੇ ਸਾਨੂੰ ਥੱਲੇ ਥਰੂ ਕਾਉਂਸਲ ਅਪੀਅਰ ਹੋਣ ਲਈ ਕਿਹਾ, ਪਰਸਨਲੀ ਨਹੀਂ ਜਾਣਾ। ਨੈਕਸਟ ਡੇਟ 25/11 ਜੀ। ਪ੍ਰੇਅਰ 'ਚ ਸਾਡੀ ਪ੍ਰੇਅਰ ਹੈ ਕੁਐਸ਼ਨਿੰਗ ਆਫ FIR ਐਜ਼ ਵੈਲ ਐਜ਼ ਦਾ ਚਲਾਨ ਦੇ ਹੈਵ ਸਬਮਿਟਡ। ਸਾਡੀ ਇਹ ਪ੍ਰੇਅਰ ਹੈ ਕੋਰਟ ਨੇ ਨੋਟਿਸ ਇਸ਼ੂ ਕਰਕੇ 25/11 ਡੇਟ ਪਾ ਕੇ ਤਾਂ ਸਰਕਾਰ ਕੋ ਜਵਾਬ ਤਲਬ ਕੀਤਾ। ਕਿਸ ਕਿਸ ਪਾਰਟੀ ਕੌਣ ਕੌਣ ਸੀ ਕਿਹਨੂੰ ਨੋਟਿਸ ਹੋਇਆ? ਗਵਰਨਮੈਂਟ ਆਫ ਪੰਜਾਬ ਸੀ, SSP ਸੀਗੇ ਉਹਦੇ, ਈਵਨ ਜਿਹੜੇ ਕੰਪਲੇਨੈਂਟ ਨੇ ਹੁਣ ਨੰਬਰ FIR ਨੰਬਰ 77 ਚ ਉਹ ਸੀਗੇ ਜੀ, ਮੁਲਤਾਨੀ ਦੇ ਬ੍ਰਦਰ। ਕਿਉਂਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਬੜਾ ਹਾਈ ਪ੍ਰੋਫਾਈਲ ਹੈ, ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਅਤੇ ਮਟੌਰ ਥਾਣੇ ਵੀ ਜਿਹੜੀ FIR ਹੋਈ ਹੈ ਉਹਦੇ ਵਿੱਚ ਸਾਬਕਾ DGP ਸੁਮੇਸ਼ ਸਿੰਘ ਸੈਣੀ ਨੇ FIR ਕੁਐਸ਼ ਦੀ ਪਟੀਸ਼ਨ ਪਾਈ ਹੈ ਬਲਵੰਤ ਮੁਲਤਾਨੀ ਮਾਮਲੇ 'ਚ। ਕੋਰਟ 'ਚ ਐਗਜ਼ੈਕਟਿਵ ਪ੍ਰੇਅਰ ਕੀ ਹੈ ਪਟੀਸ਼ਨ 'ਚ? ਪ੍ਰੇਅਰ 'ਚ ਸਾਡੀ ਪ੍ਰੇਅਰ ਹੈ ਕੁਐਸ਼ਨਿੰਗ ਆਫ FIR ਐਜ਼ ਵੈਲ ਐਜ਼ ਦਾ ਚਲਾਨ ਦੇ ਹੈਵ ਸਬਮਿਟਡ। ਸਾਡੀ ਇਹ ਪ੍ਰੇਅਰ ਹੈ ਕੋਰਟ ਨੇ ਨੋਟਿਸ ਇਸ਼ੂ ਕਰਕੇ 25/11 ਡੇਟ ਪਾ ਕੇ ਤਾਂ ਸਰਕਾਰ ਕੋ ਜਵਾਬ ਤਲਬ ਕੀਤਾ। ਕਿਸ ਕਿਸ ਪਾਰਟੀ ਕੌਣ ਕੌਣ ਸੀ ਕਿਹਨੂੰ ਨੋਟਿਸ ਹੋਇਆ? ਗਵਰਨਮੈਂਟ ਆਫ ਪੰਜਾਬ ਸੀ, SSP ਸੀਗੇ ਉਹਦੇ, ਈਵਨ ਜਿਹੜੇ ਕੰਪਲੇਨੈਂਟ ਨੇ ਹੁਣ ਨੰਬਰ FIR ਨੰਬਰ 77 ਚ ਉਹ ਸੀਗੇ ਜੀ, ਮੁਲਤਾਨੀ ਦੇ ਬ੍ਰਦਰ। ਕਿਉਂਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਬੜਾ ਹਾਈ ਪ੍ਰੋਫਾਈਲ ਹੈ, ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਅਤੇ ਮਟੌਰ ਥਾਣੇ ਵੀ ਜਿਹੜੀ FIR ਹੋਈ ਹੈ ਉਹਦੇ ਵਿੱਚ ਇਹਨਾਂ ਦਾ ਨਾਂ ਕਦੋਂ ਆਇਆ? ਇਹਨਾਂ ਦਾ ਮਟੌਰ ਥਾਣੇ ਵਾਲੀ FIR 'ਚ 2020 'ਚ ਆਇਆ ਜੀ, ਜਦੋਂ ਇਹ ਸੁਪਰੀਮ ਕੋਰਟ 'ਚ ਜਦੋਂ ਡਿਫਰੈਂਟ ਕੇਸਿਸ 'ਚ ਵਾਰ ਵਾਰ ਇੰਪਲੀਕੇਟ ਕਰੀ ਜਾ ਰਹੇ ਸੀ, ਫਿਰ ਉਹਨਾਂ ਨੇ ਹਾਈਕੋਰਟ ਪਟੀਸ਼ਨ ਪਾਈ, ਹਾਈਕੋਰਟ ਨੇ ਕਿਹਾ ਕਿ 7 ਦਿਨ ਦਾ ਨੋਟਿਸ ਦਿਓ, ਉਹ 'ਚ SSP ਪਾਰਟ ਨਹੀਂ ਸੀ ਕਵਰ। ਤਾਂ ਡਿਊਰਿੰਗ SSP ਵੈਨ ਹੀ ਵਾਸ ਪੋਸਟਿਡ SSP 1991 ਇਨ ਚੰਡੀਗੜ੍ਹ, ਇਹਨਾਂ ਨੇ ਫਿਰ ਉਹਦਾ ਇੱਕ ਇੰਸੀਡੈਂਟ ਬਣਾ ਕੇ ਤਾਂ ਉਹ ਮਟੌਰ ਥਾਣੇ 'ਚ FIR ਦਿੱਤੀ। ਈਵਨ ਦੋ ਕਿ ਇੰਸੀਡੈਂਟ ਪ੍ਰਟੇਨ ਕਰਦਾ ਚੰਡੀਗੜ੍ਹ ਦਾ, ਸਾਰਾ ਕੁਝ ਕੌਜ਼ ਆਫ ਐਕਸ਼ਨ ਜੇ ਆਪਾਂ ਦੇਖੀਏ ਤਾਂ ਚੰਡੀਗੜ੍ਹ, ਬਟ FIR ਪੰਜਾਬ ਸਰਕਾਰ ਨੇ ਮੋਹਾਲੀ 'ਚ ਦੇ ਦਿੱਤੇ। ਪ੍ਰੇਅਰ 'ਚ ਤੁਸੀਂ ਹੋਰ ਕਿਹੜੇ ਪੁਆਇੰਟ ਐਡ ਕੀਤੇ? ਸਾਡੇ ਮੇਨ ਪੁਆਇੰਟ ਇਹੀ ਹੈ ਕਿ ਇਹਨੂੰ ਕੁਐਸ਼ ਕੀਤਾ ਜਾਏ ਅਤੇ ਇਹਦਾ ਮੀਨ ਵੈਲ ਜਦ ਤੱਕ ਮੈਟਰ ਪੈਂਡਿੰਗ ਹੈ ਫਰਦਰ ਪ੍ਰੋਸੀਡਿੰਗ ਸਟੇਅ ਕੀਤੀਆਂ ਜਾਣ। ਕੋਰਟ ਨੇ ਨੋਟਿਸ ਕੀਤਾ? ਕੋਰਟ ਨੇ ਨੋਟਿਸ ਕਰਕੇ ਅਤੇ ਸਾਨੂੰ ਥੱਲੇ ਥਰੂ ਕਾਉਂਸਲ ਅਪੀਅਰ ਹੋਣ ਲਈ ਕਿਹਾ, ਪਰਸਨਲੀ ਨਹੀਂ ਜਾਣਾ। ਪਰਸਨਲ ਐਗਜ਼ਾਮ ਕੀਤਾ? ਨੈਕਸਟ ਡੇਟ 25/11 ਜੀ।